ਡੇਲੀਵੋਸ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਖਲ ਸੰਧੀਰ ਪਟਿਆਲਾ ਦੇ ਜੇਲ੍ਹ ਤੋਂ ਖਬਰ ਆ ਰਹੀ ਹੈ ਕਿ ਦੋ ਗੁੱਟਾਂ ਦੇ ਵਿਚਕਾਰ ਲੜਾਈ ਹੁੰਦੀ ਹੈ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਹਵਲਾਤੀ ਨੂੰ ਹਸਪਤਾਲ ਦੀ ਭਰਤੀ ਕਰਾਉਣ ਦੀ ਨੋਬਤ ਆ ਜਾਂਦੀ ਹੈ ਤਕੇਂਦਰ ਜੇਲ੍ਹ ਦੇ ਵਿੱਚ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਕਿਹਾ ਜਾਂਦਾ ਹੈ ਕਿ ਜਿੰਨਾ ਗੁੰਡੇ ਆਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਉਹ ਲਾਰੈਂਸ ਬਿਸ਼ਨੋਈ ਦੇ ਗੁੰਡੇ ਦੱਸੇ ਜਾ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਆ ਕੇਂਦਰ ਜੇਲ੍ਹ ਦੇ ਵਿੱਚ ਪੁਖਤਾ ਪ੍ਰਬੰਧਾ ਦੇ ਬਾਵਜੂਦ ਛਾਤਰ ਕੈਦੀਆਂ ਦੇ ਵੱਲੋਂ ਜਿਹੜਾ ਅਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹਵਲਾਤੀ ਨੇ ਲੋਹੇ ਦੀਆਂ ਪੱਤੀਆਂ ਤੇ ਸਰੀਆਂ ਨੂੰ ਹਥਿਆਰ ਬਣਾਉਂਦੇ ਇੱਕ ਹਵਲਾਤੀ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਤੇ ਦੱਸਦੀ ਹੈ ਕਿ ਕੇਂਦਰ ਜੇਲ੍ਹ ਪਟਿਆਲੇ ਦੇ ਵਿੱਚ ਇਹ ਹਮਲਾ ਕੀਤਾ ਗਿਆ ਜਿੱਥੇ ਨਵਜੋਤ ਸਿੱਧੂ ਤੇ ਮੰਜਿੱਠਿਆ ਵਰਗੇ ਨੇਤਾ ਵੀ ਬੰਦ ਨੇ ਤੇ ਇਸ ਤਰ੍ਹਾਂ ਲੋਹੇ ਦੀਆਂ ਪੱਤੀਆਂ ਦੇ ਨਾਲ ਸਿਰ ਤੇ ਹਮਲਾ ਕੀਤਾ ਜਾਂਦਾ ਹੈ ਮੂੰਹ ਤੇ ਵੀ ਵਾਰ ਕੀਤੇ ਜਾਂਦੇ ਨੇ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਵੀ ਬਿਆਨ ਦੇ ਵਿੱਚ ਦੱਸਿਆ ਕਿ 4 ਅਗਸਤ ਦੁਪਹਿਰ 4 ਵਜੇ ਬਾਰਕ ਨੰਬਰ 2 ਗੇਟ ਦੇ ਕੋਲ ਜਾਂਦਾ ਤੇ ਇੱਥੇ ਕੁਝ ਹੋਰ ਹਵਲਾਤੀ ਖੜੇ ਹੁੰਦੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਹਵਲਾਤੀ ਨਫਰਤ ਸਿੰਘ ਨੇ ਬਲਜਿੰਦਰ ਸਿੰਘ ਨੂੰ ਗਾਲੀ ਗਲੋਚ ਕੀਤੀ ਤੇ ਹੱਥ ਦੇ ਵਿੱਚ ਫੜੀ ਨੁਕੀਲੀ ਲੋਹੇ ਦੀ ਪੱਤੀ ਉਸ ਦੇ ਸਿਰ ਤੇ ਮਾਰੀ ਤੇ ਜਾਨਲੇਵਾ ਹਮਲਾ ਕੀਤਾ ਤਾਂ ਹਵਲਾਤੀ ਰੋਹਿਤ ਨੇ ਬਲਜਿੰਦਰ ਦੇ ਦੇ ਨਾਲ ਜਿਹੜਾ বারবার ওবি वार কর ਰਿਆ ਸੀ ਤੇ ਉਸ ਤੋਂ ਬਾਅਦ ਲੋਹੇ ਦੀ ਤਿੱਖੀ ਪੱਤੀ ਜਿਹੜੀ ਹੈ ਛਾਤੀ ਦੇ ਵਿੱਚ ਮਾਰ ਕੇ ਵੀ ਵਾਰ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਲਹੂ ਲੋਹਾਰ ਹੋ ਜਾਂਦਾ ਹੈ ਹਵਾਲਾ ਤੀ ਤੇ ਉਸ ਨੂੰ ਗੰਭੀਰ ਰੂਪ ਚ ਜਦੋਂ ਜ਼ਖਮੀ ਹੁੰਦਾ ਤਾਂ ਸਰਕਾਰੀ ਰਜendra ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਣਾ ਪੈ ਜਾਂਦਾ ਹੈ ਤਾਂ ਪਟਿਆਲਾ ਦੇ ਕੇਂਦਰ ਜੇਲ੍ਹ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿੰਨਾ ਗੁੰਡਿਆਂ ਦੀ ਆਪਸ ਵਿੱਚ ਲੜਾਈ ਹੋਈ ਉਹ ਲਾਰੈਂਸ ਬਿਸ਼ਨੋਈ ਦੇ ਗੁੰਡੇ ਦੱਸੇ ਜਾ ਰਹੇ ਨੇ ਤਾਂ ਉਸੇ ਜੇਲ੍ਹ ਦੀ ਖਬਰ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਤੇ ਮਜੀਠੀਆ ਵਰਗੇ ਦਿggਜ ਨੇਤਾ ਜਿਹੜੇ ਨੇ ਬੰਦ ਨੇ ਤਾਂ ਉਸੇ ਜੇਲ੍ਹ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤੇ ਆਪਸ ਵਿੱਚ ਗਾਲੀ ਗਲੋਚ ਕਰਦੇ ਸਮੇਂ ਇਹਨਾਂ ਕੋਲ ਜ਼ਿਆਦਾ ਆਪਸ ਦੇ ਵਿੱਚ ਝਗੜਾ ਹੁੰਦਾ ਕਿ ਲੋਹੇ ਦੀਆਂ ਪੱਤੀਆਂ ਤੱਕ ਸ਼ਰੀਰ ਦੇ ਵਿੱਚ ਖੋਪੀਆਂ ਜਾਂਦੀਆਂ ਨੇ ਲਹੂ ਲੋਹਾਨ ਕੀਤਾ ਜਾਂਦਾ ਇੱਕ ਦੂਜੇ ਨੂੰ ਜਿਸ ਤੋਂ ਬਾਅਦ ਪੁਲਿਸ ਨੂੰ ਬਿਆਨ ਦੇ ਵਿੱਚ ਸਾਹਮਣੇ ਆ ਕੇ ਗੱਲ ਆਖੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ

ਗੁੰਡੇ ਆਦੀ ਆਪਸ ਦੇ ਵਿੱਚ ਲੜਾਈ ਹੋਈ ਹੈ ਉਹ ਲਾਰੈਂਸ ਬਿਸ਼ਨੋਈ ਦੇ ਗੁੰਡੇ ਦੱਸੇ ਜਾ ਰਹੇ ਨੇ ਤੇ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਆ ਕੇਂਦਰ ਜੇਲ੍ਹ ਦੇ ਵਿੱਚ ਪੁਖਤਾ ਪ੍ਰਬੰਧਾ ਦੇ ਬਾਵਜੂਦ ਛਾਤਰ ਕੈਦੀਆਂ ਦੇ ਵੱਲੋਂ ਜਿਹੜਾ ਆਏ ਦਿਨ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਤੇ ਹੁਣ ਇਹ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਹਵਲਾਤੀ ਨੇ ਲੋਹੇ ਦੀਆਂ ਪੱਤੀਆਂ ਤੇ ਸਰੀਆਂ ਨੂੰ ਹਥਿਆਰ ਬਣਾਉਂਦੇ ਇੱਕ ਹਵਲਾਤੀ ਤੇ ਜਾਨ ਲੈਵਾ ਹਮਲਾ ਕਰ ਦਿੱਤਾ ਤੇ ਦੱਸਦੀ ਹੈ ਕਿ ਕੇਂਦਰ ਜੇਲ੍ਹ ਪਟਿਆਲੇ ਦੇ ਵਿੱਚ ਇਹ ਹਮਲਾ ਕੀਤਾ ਗਿਆ ਜਿੱਥੇ ਨਵਜੋਤ ਸਿੱਧੂ ਤੇ ਮੰਜਿੱਠਿਆ ਵਰਗੇ ਨੇਤਾ ਵੀ ਬੰਦ ਨੇ ਤੇ ਤੇਸ ਤਰਾਰ ਲੋਹੇ ਦੀਆਂ ਪੱਤੀਆਂ ਦੇ ਨਾਲ ਸਿਰ ਤੇ ਹਮਲਾ ਕੀਤਾ ਜਾਂਦਾ ਹੈ ਮੂੰਹ ਤੇ ਵੀ ਵਾਰ ਕੀਤੇ ਜਾਂਦੇ ਨੇ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਤਾਂ ਹਵਾਲਾਤੀ ਬਲਜਿੰਦਰ ਸਿੰਘ ਨੇ ਪੁਲਿਸ ਨੂੰ ਵੀ ਬਿਆਨ ਦੇ ਵਿੱਚ ਦੱਸਿਆ ਕਿ 4 ਅਗਸਤ ਦੁਪਹਿਰ 4 ਵਜੇ ਬਾਰਕ ਨੰਬਰ 2 ਗੇਟ ਦੇ ਕੋਲ ਜਾਂਦਾ ਤੇ ਇੱਥੇ ਕੁਝ ਹੋਰ ਹਵਲਾਤੀ ਖੜੇ ਹੁੰਦੇ ਨੇ ਤਾਂ ਜਿਨ੍ਹਾਂ ਦੇ ਵਿੱਚੋਂ ਹਵਲਾਤੀ ਨਫਰਤ ਸਿੰਘ ਨੇ ਬਲਜਿੰਦਰ ਸਿੰਘ ਨੂੰ ਗਾਲੀ ਗਲੋਚ ਕੀਤੀ ਤੇ ਹੱਥ ਦੇ ਵਿੱਚ ਫੜੀ ਨੁਕੀਲੀ ਲੋਹੇ ਦੀ ਪੱਤੀ ਉਸ ਦੇ ਸਿਰ ਤੇ ਮਾਰੀ ਤੇ ਜਾਨਲੇਵਾ ਹਮਲਾ ਕੀਤਾ ਤਾਂ ਹਵਲਾਤੀ ਰੋਹਿਤ ਨੇ ਬਲਜਿੰਦਰ ਦੇ ਦੇ ਨਾਲ ਜਿਹੜੇ ਬਾਰ ਬਾਰ ਉਹ ਵੀ ਵਾਰ ਕਰ ਰਿਹਾ ਸੀ ਤੇ ਉਸ ਤੋਂ ਬਾਅਦ ਲੋਹੇ ਦੀ ਤਿੱਖੀ ਪੱਤੀ ਜਿਹੜੀ ਹੈ ਛਾਤੀ ਦੇ ਵਿੱਚ ਮਾਰ ਕੇ ਵੀ ਵਾਰ ਕੀਤਾ ਜਾਂਦਾ ਜਿਸ ਤੋਂ ਬਾਅਦ ਲਹੂ ਲੋਹਾਨ ਹੋ ਜਾਂਦਾ ਹੈ ਹਵਾਲਾਤੀ ਤੇ ਉਸ ਨੂੰ ਗੰਭੀਰ ਰੂਪ ਚ ਜਦੋਂ ਜ਼ਖਮੀ ਹੁੰਦਾ ਹੈ ਤਾਂ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਵੀ ਦਾਖਲ ਕਰਵਾਣਾ ਪੈ ਜਾਂਦਾ ਹੈ ਤਾਂ ਪਟਿਆਲਾ ਦੇ ਕੇਂਦਰ ਜੇਲ੍ਹ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਜਿੰਨਾ ਗੁੰਡਿਆਂ ਦੀ ਆਪਸ ਵਿੱਚ ਲੜਾਈ ਹੋਈ ਉਹ ਲਾਰنس ਬਿਸ਼ਨੋਈ ਦੇ ਗੁੰਡੇ ਦੱਸੇ ਜਾ ਰਹੇ ਨੇਤਾ ਉਸੇ ਜੇਲ੍ਹ ਦੀ ਖਬਰ ਹੈ ਜਿੱਥੇ ਨਵਜੋਤ ਸਿੰਘ ਸਿੱਧੂ ਤੇ ਮੰਜੀਠਿਆ ਵਰਗੇ ਦਿੱਗਜ ਨੇਤਾ ਜਿਹੜੇ ਨੇ ਬੰਦ ਨੇਤਾ ਉਸੇ ਜੇਲ੍ਹ ਦੇ ਵਿੱਚ ਇਹ ਘਟਨਾ ਵਾਪਰਦੀ ਹੈ ਤੇ ਆਪਸ ਦੇ ਵਿੱਚ ਗਾਲੀ ਗਲੋਚ ਕਰਦੇ ਸਮੇਂ ਇਹਨਾਂ ਕੋਲ ਜ਼ਿਆਦਾ ਆਪਸ ਦੇ ਵਿੱਚ ਝਗੜਾ ਹੁੰਦਾ ਹੈ ਕਿ ਲੋਹੇ ਦੀਆਂ ਪੱਤੀਆਂ ਤੱਕ ਸ਼ਰੀਰ ਦੇ ਵਿੱਚ ਖੋਪੀਆਂ ਜਾਂਦੀਆਂ ਨੇ ਲਹੂ ਲੋਹਾਨ ਕੀਤਾ ਜਾਂਦਾ ਇੱਕ ਦੂਜੇ ਨੂੰ ਜਿਸ ਤੋਂ ਬਾਅਦ ਪੁਲਿਸ ਨੂੰ ਬਿਆਨ ਦੇ ਵਿੱਚ ਸਾਹਮਣੇ ਆ ਕੇ ਗੱਲ ਆਖੀ ਜਾਂਦੀ ਹੈ ਕਿ ਕਿਸ ਤਰੀਕੇ ਦੇ ਨਾਲ ਜਾਨਲੇਵਾ ਹਮਲਾ ਕੀਤਾ ਗਿਆ